तहसील कंपलैक्स सुल्तानपुर लोधी पहुंचे हैं जी, जिथे एक मसला आया जी, 2000 रुपया तहसीलदार वालों मंग की गई है, तो 1000 रुपया वो रीडर वालों मंग की गई है जी। आ मेरे सामने तहसीलदार सुल्तानपुर लोधी बैठे आ, तो शायद उन्होंने रीडर भी कोल ही बैठे आ, तो जिहड़ा बंदा अर्जनवीर जिहड़ा मेरे नाल गल की सी, मेरे को बकायदा रिकॉर्डिंग हैगी आ। कीना वीरे तेरा गोरा गोरा, मेरी गोरे नाल गल हुंदी आ, तो गोरा कहिंदा जी 2000 मंगिया तहसीलदार ने, तो 1000 मंगिया रीडर ने, तो मेरे को बकायदा वो रिकॉर्डिंग भी हैगी है जी, बकायदा प्रूफ भी हैगा। ਹੁਣ ਗੋਰਾ ਦੱਸੇ ਵੀ ਕਿੰਨੇ ਮੰਗੇ ਤੇ ਕੋ ਸਾਡੇ ਤੇ ਕੋ ਇਦਾਂ ਨਹੀਂ ਵੀ ਮੰਗਦਾ ਹੁੰਦਾ ਪੈਸੇ ਕਿਦਾਂ ਮੰਗਦਾ ਹੁੰਦਾ ਉਹ ਕਹਿੰਦੇ ਆ ਵੀ ਅਸੀਂ ਜੇ ਕੰਮ ਕਰਾਉਣਾ ਤੇ ਜੋ ਜਾਇਜ਼ ਬੰਦਾ ਵਾ ਖਰਚਾ ਬਚਾ ਉਹ ਜਿਹੜੀ ਸਰਕਾਰੀ ਵੀ ਸੋਧਾ ਲੱਗਣੀ ਹੁੰਦੀ ਆ ਨਹੀਂ 3000 ਤੂੰ ਰਿਕਾਰਡਿੰਗ ਦੇ ਵਿੱਚ ਬਕਾਇਦਾ ਮੈਂ ਰਿਕਾਰਡਿੰਗ ਵੀ ਲਾਈਵ ਦੇ ਵਿੱਚ ਚਲਾ ਦੇਣੀ ਆ ਹਾਂਜੀ ਹਾਂਜੀ ਮੰਗੇ ਅੰਦਰ ਇਹਨਾਂ ਨੇ ਜ਼ਿਲਦਾਰ ਸਾਹਿਬ ਸਾਹਮਣੇ ਸਹੀ ਸਹੀ ਦੱਸ ਦੇ ਭਾਈ ਤੇਰੀ ਜਾਨ ਬਚ ਜਾਏਗੀ ਹਾਂਜੀ ਹਾਂਜੀ ਕਿੰਨੇ ਮੰਗੇ ਤੇ ਕੋ ਦੱਸ ਜ਼ਿਲਦਾਰ ਸਾਹਿਬ ਦਾ ਜ਼ਿਲਦਾਰ ਦਾ ਖਰਚਾ ਰੀਡਰ ਦਾ ਖਰਚਾ ਰੀਡਰ ਨਾ ਅੱਛਾ ਤਹਿਸੀਲਦਾਰ ਦਾ ਖਰਚਾ ਰੀਡਰ ਦਾ ਖਰਚਾ ਸਾਧ ਸੰਗਤ ਜੀ ਤੁਸੀਂ ਭਲੀ ਭਾਤੀ ਤਹਿਸੀਲਦਾਰ ਸਾਡੇ ਸਾਹਮਣੇ ਬੈਠੇ ਆ ਤੁਸੀਂ ਚੰਗੀ ਤਰ੍ਹਾਂ ਇਸ ਬੰਦੇ ਵੱਲੋਂ ਇਹਨੇ ਇਲਜ਼ਾਮ ਲਾਇਆ ਵੀ ਤਹਿਸੀਲਦਾਰ ਨੇ ਮੇਰੇ ਕੋਲ 2000 ਮੰਗਿਆ 1000 ਰੀਡਰ ਨੇ ਮੰਗਿਆ ਹਾਂਜੀ ਤਹਿਸੀਲਦਾਰ ਸਾਹਿਬ ਦੱਸੋ ਇਸ ਬਾਰੇ ਕੋਈ ਜਵਾਬ ਆ ਦੇ ਦਿਓ ਗੱਲ ਤਾਂ ਮੈਂ ਤੇ ਜੇ ਕੱਲ ਹੀ ਜੁਆਇਨ ਕੀਤਾ ਇੱਥੇ ਮੈਨੂੰ ਤਾਂ ਪਤਾ ਨਹੀਂ ਇਹਨਾਂ ਕਿਹੜੀ ਗੱਲਬਾਤ ਇਹਨਾਂ ਨੂੰ ਹੋਈ ਆ ਨਾ ਮੈਂ ਇਸ ਬੰਦੇ ਨੂੰ ਜਾਣਦਾ ਨਾ ਮੈਨੂੰ ਕੋਈ ਗੱਲਬਾਤ ਦਾ ਪਤਾ ਤੇਰੀ ਵੀ ਕਿੰਨਾ ਗੱਲ ਹੋਈ ਬਈ ਵੀ ਤਹਿਸੀਲਦਾਰ ਕਹਿੰਦਾ ਮੈਂ ਨਹੀਂ ਜਾਣਦਾ ਹਾਂਜੀ ਤਹਿਸੀਲਦਾਰ ਕਹਿੰਦਾ ਮੈਂ ਕੱਲ ਆਇਆ ਮੈਂ ਨਹੀਂ ਜਾਣਦਾ ਤੇਰੀ ਕਿੰਨਾ ਗੱਲ ਹੋਈ ਤੇਰੀ ਪੈਸਿਆਂ ਦੀ ਕਿੰਨਾ ਗੱਲ ਹੋਈ 3000 ਜਿਹੜੇ ਤੂੰ ਮੰਗੇ ਆ ਲੋਕਾਂ ਕੋਲੋਂ ਰਜਿਸਟਰੀ ਕਰਾਉਣ ਦੇ ਨਾਂ ਤੇ 3000 ਤੂੰ ਕਿਹਾ ਆ ਤੂੰ ਇੰਨੀ ਗੱਲ ਤਾਂ ਮੈਂ ਸਾਰੀ ਸਾਧ ਸੰਗਤ ਜੀ ਤੁਹਾਨੂੰ ਰਿਕਾਰਡਿੰਗ ਵੀ ਸੁਣਾਈ ਆ ਇਸ ਬੰਦੇ ਨੇ ਰਿਕਾਰਡਿੰਗ ਆਹ ਬੰਦੇ ਦੀ ਆਵਾਜ਼ ਆ ਵਿੱਚ ਰਿਕਾਰਡਿੰਗ ਵਿੱਚ ਇਹ ਬੰਦੇ ਨੇ ਕਿਹਾ ਵੀ 2000 ਮੇਰੇ ਕੋਲ ਮੰਗਿਆ ਬੁਲਾ ਲਓ ਰੀਡਰ ਕਿਹੜਾ ਆ ਜਗਤਾਰ ਭਾਈ ਜਗਤਾਰ ਨੂੰ ਆਵਾਜ਼ ਮਾਰੋ ਜੀ ਜਗਤਾਰ ਸਿੰਘ ਨੂੰ ਆਵਾਜ਼ ਮਾਰੋ ਭਾਈ ਬੇਨਤੀ ਹੈ ਜੀ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਚੱਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਭ੍ਰਿਸ਼ਟਾਚਾਰ ਦੇ ਵਿਰੁੱਧ ਸਾਡੇ ਕੋਲ ਇੱਕ ਮਸਲਾ ਆਇਆ ਸੀ ਜਿਸ ਵਿੱਚ ਕਿਸੇ ਨੇ ਰਜਿਸਟਰੀ ਕਰਾਉਣੀ ਸੀ ਉਹਦੇ ਵਿੱਚ ਜਿਹੜਾ ਅਰਜਨਵੀਰ ਸਾਹਿਬ ਨੇ ਕਿਹਾ ਵੀ 3000 ਰੁਪਇਆ ਲੱਗੂਗਾ ਵੱਧ 2000 ਰੁਪਇਆ ਤਹਿਸੀਲਦਾਰ ਦਾ ਤੇ 1000 ਰੁਪਇਆ ਜਿਹੜਾ ਰੀਡਰ ਦਾ ਹੈ ਜੀ ਸੋ ਹਾਂਜੀ ਜਗਤਾਰ ਸਿੰਘ ਜੀ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਹਾਂ ਜਿਹੜਾ ਆਹ ਬੰਦਾ ਇੱਥੇ ਆ ਇਹਨੇ ਕਿਹਾ ਵੀ 3000 ਰੁਪਇਆ ਮੰਗਿਆ ਵਾ ਗੋਰੇ ਰੀਡਰ ਤੁਸੀਂ ਤੁਹਾਡਾ ਨਾਂ ਕੀ ਆ ਜਗਤਾਰ ਸਿੰਘ ਵੀ ਜਗਤਾਰ ਸਿੰਘ ਰੀਡਰ ਨੇ 3000 ਰੁਪਇਆ ਮੰਗਿਆ ਮੇਰੇ ਕੋਲ 2000 ਰੁਪਇਆ ਤਹਿਸੀਲਦਾਰ ਦਾ ਤੇ 1000 ਰੁਪਇਆ ਜਿਹੜਾ ਤੁਹਾਡਾ ਆ ਦੱਸੋ ਇਹਦੇ ਬਾਰੇ चोर है तू दस बोल कौन है चोर तेरे को पैसे किने मंगे ਦੁਬਾਰਾ ਦੱਸ ਲਾਈਵ ਚ ਦੱਸ ਕਿਨੇ ਖਰਚਾ ਕਿੰਨੇ ਮੰਗਿਆ ਤੇ ਕਿੰਨੇ ਮੰਗਿਆ ਦਾ ਖਰਚਾ ਤੇ ਕੋ ਗੁਰੂ ਦੀ ਨਗਰੀ ਜੀ ਬੈਠਾ ਕਾਹ ਤੋਂ ਪਾਪਾ ਦਾ ਭਾਗੀ ਹੁੰਦਾ ਵਾ ਸਿੱਧਾ ਦੱਸ ਹੁਣ ਤੂੰ ਆਦੀ ਜਾਨ ਬਚਾ ਭਾਈ ਆਪਦੀ ਜੈ ਜੈ ਦਾ ਮਤਲਬ ਕੀ ਆ ਇਹ ਆਪਣੇ ਦਰਤਾਰੇ ਆਪਣੇ ਸਟਾਂਪ ਰੋਸ਼ਾ ਕੀ ਆ ਇਹਦੇ ਕੋਲ ਲਾਇਸੈਂਸ ਆ ਰਜਿਸਟਰੀ ਲਿਖਣ ਦਾ ਸਾਡੇ ਕੋਲ ਕੋਈ ਲਾਇਸੈਂਸ ਨਹੀਂ ਹੈ ਇਸ ਬੰਦੇ ਕੋਲ ਕੋਈ ਲਾਇਸੈਂਸ ਨਹੀਂ ਹੈਗਾ ਜੀ ਤੁਹਾਡੇ ਲਾਇਸੈਂਸ ਹੈਗਾ ਰਜਿਸਟਰੀ ਲਿਖਣ ਦਾ ਮੇਰੇ ਕੋਲ ਲਾਇਸੈਂਸ ਤਾਂ ਮੈਂ ਟਾਈਪ ਹੀ ਕੀਤੀ ਜੀ ਇਧਰ ਮੇਰੀ ਗੱਲ ਸੁਣੋ ਜੀ ਇਸ ਬੰਦੇ ਦੇ ਕੋਲ ਜੋ ਹੁਣ ਸਾਹਮਣੇ ਆਇਆ ਇਸ ਬੰਦੇ ਦੇ ਕੋਲ ਰਜਿਸਟਰੀ ਲਿਖਣ ਦਾ ਕੋਈ ਰਾਈਟ ਨਹੀਂ ਹੈਗਾ ਨਾ ਇਹ ਬੰਦਾ ਮੇਰੇ ਕੋਲ ਆਇਆ ਨਹੀਂ ਰਾਈਟ ਹੈਗਾ ਨਹੀਂ ਹੈਗਾ ਗੱਲ ਵੱਖਰੀ ਆ ਆਹ ਤਾਂ ਪਹਿਲੋਂ ਆਏ ਫਿਰ ਰੀਡਰ ਤੋਂ ਪਹਿਲੋਂ ਇੱਥੇ ਆ ਇਹ ਰੀਡਰ ਤੋਂ ਪਹਿਲੋਂ ਇੱਥੇ ਆ ਤੁਸੀਂ ਅੱਜ ਆਏ ਆ ਤੇਰੇ ਹੱਕ ਚ ਭੁਗਤਾਂਗੇ ਤੂੰ ਫਿਕਰ ਨਾ ਕਰ ਇਹ ਦੱਸ ਤੂੰ ਕੰਮ ਕਰਦੇ ਤਹਿਸੀਲਦਾਰ ਰੋਕਣਾ ਕਹਿੰਦੇ ਇਹਨਾਂ ਨੂੰ
ਬੇਨਤੀ ਜਲਦੀ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰ ਦਿਓ। 70 ਜਾਣੇ ਹਲੇ ਲਾਈਵ ਦੇਖ ਰਹੇ ਆ, ਇਹ ਅੰਕੜਾ ਵਧਣਾ ਚਾਹੀਦਾ ਆ। ਵੱਧ ਤੋਂ ਵੱਧ ਸ਼ੇਅਰ ਕਰੋ ਇਸ ਵੀਡੀਓ ਨੂੰ। अंदर पैसे ताड़े चलते हैं भाई साहब जी, अंदर पैसे चले तो अंदर आ गया, ओदा नहीं अंदर आता कोई। हिस्सा लेंदे आ, शरिया में हिस्सा लेंदे आ रीडर जेड़े आ, ਤਾਂ ਅੰਦਰ ਆਇਆ ਉਹਦਾ ਅੰਦਰ ਕਿੱਦਾਂ ਆ ਗਿਆ ਮੰਗੇ ਕਹਿ ਰਿਹਾ ਯਾਰ ਮੰਗਿਆ ਮੰਗਿਆ ਉਹਦੀ ਛੱਡ ਤੁਸੀਂ ਇਹਦੀ ਗੱਲ ਕਰ ਤੁਸੀਂ ਮੰਗਿਆ ਨਾ ਤੇ ਉਹ ਲੈਣ ਦਿਆ ਵੀ 2000 ਰੁਪਇਆ ਉਹ ਕਹਿੰਦਾ ਸੀ ਵੀ ਤਹਿਸੀਲਦਾਰ ਦਾ ਤੇ 1000 ਰੁਪਇਆ ਲੀਡਰ ਦਾ ਤੁਹਾਡੇ ਵਿੱਚ ਵੀ ਕਹਿਣ ਦਿਆ ਤੇਰੇ ਮੂੰਹ ਤੇ ਆਣ ਕੇ ਕਹਿਣ ਦਿਆ ਹੋਰ ਤੁਹਾਡੇ ਨੂੰ ਕਿੱਦਾਂ ਦੱਸੇ ਪਈ ਉਹ ਹੁਣ ਤੁਸੀਂ ਕਹਿੰਦੇ ਇਹਦੇ ਕੋਲ ਲਾਇਸੈਂਸ ਨਹੀਂ ਪਹਿਲਾਂ ਨਹੀਂ ਤੁਹਾਨੂੰ ਪਤਾ ਲਾਇਸੈਂਸ ਨਹੀਂ ਤੁਸੀਂ ਗਾੜੀ ਦਲਾ ਰੱਖੇ ਆ ਤੈਨੂੰ ਕਹਿਣਗੇ ਤਾਂ ਇਹਨਾਂ ਨੂੰ ਕਹਾਂਗੇ, ਠੀਕ ਆ? ਤੈਨੂੰ ਕੁਛ ਨੀ ਕਹਿੰਦੇ, ਸੱਚ ਬੋਲਦੇ ਭਾਈ। ਡਿਮਾਂਡ ਰਹੇ ਕਹਿੰਦੇ ਵੀ ਇਹਨਾਂ ਦੀ ਰਿਸ਼ਤੀ ਆ ਵੀ ਆਪਾਂ ਕਰ ਦਿੰਦੇ ਜਾਇਜ਼ ਦਾ ਭਾਈ ਕੀ ਹੁੰਦਾ ਜਾਇਜ਼ ਦੱਸੋ ਯਾਰ, ਗੱਲ ਹੋਈ ਨੀ, ਉਹਨੂੰ ਪੁੱਛੋ ਕਿੰਨੇ ਕਿਹਾ ਇਹਨੂੰ ਜਾਇਜ਼, ਕਿੰਨੇ ਕਿਹਾ ਜਾਇਜ਼ ਦਾ ਕਹਿੰਦੇ ਕਰ ਦਿੰਦੇ ਜਾਇਜ਼, ਤਹਿਸੀਲਦਾਰ ਨੇ ਕਿਹਾ ਜਾਇਜ਼ ਦਾ? ਹਾਂਜੀ ਦੱਸੋ ਤਹਿਸੀਲਦਾਰ, ਤੁਸੀਂ ਕਿਹਾ ਜਾਇਜ਼ ਦਾ? ਬਿਲਕੁਲ ਮੇਰੇ ਕੋ ਆਇਆ ਹੀ ਨਹੀਂਗਾ ਜੀ। ਤੂੰ ਆਇਆ ਹੀ ਭਾਈ ਕਿੰਨੇ ਵਜੇ ਆਇਆ ਤੂੰ? ਇੱਕ ਇਹਨਾਂ ਕੋ ਕਿੰਨੇ ਵਜੇ ਆਇਆ? ਕਿੰਨੇ ਵਜੇ ਆਇਆ ਤੂੰ ਇਹਨਾਂ ਕੋ? ਆਇਆ ਵਾ ਆ, ਸਾਡੇ ਪ੍ਰਧਾਨ ਜੀ ਗਵਾਹ ਆ, ਉਹ ਦੱਸਣ ਡਿਆ ਆਇਆ ਮੈਨੂੰ ਫੋਨ ਆਇਆ। ਮੈਂ ਉਸ ਵੇਲੇ ਉਸ ਕਮਰੇ ਚ ਗਿਆ, ਮੈਂ ਪਹਿਲਾਂ ਗਿਆ ਹੀ ਨੀ ਉਸ ਕਮਰੇ ਚ, ਔਰ ਉਦੋਂ ਆਉਂਦੇ ਤੁਹਾਡੀ ਸਭ ਤੋਂ ਪਹਿਲਾਂ ਰਿਸ਼ਤੀ ਕਰਤੀ, ਔਰ ਇਹ ਬੰਦਾ ਬਿਲਕੁਲ ਝੂਠ ਬੋਲਦਾ, ਮੇਰੇ ਕੋਲ ਆਇਆ ਹੀ ਨੀਗਾ, ਇੱਥੇ ਬੈਠਾ ਆਪਣੇ ਇਸ ਕਮਰੇ ਚ, ਮੈਂ ਉਸ ਰਿਸ਼ਤੇ ਕਮਰੇ ਚ ਗਿਆ ਹੀ ਨੀ ਸਵੇਰ ਦਾ। ਕਿੰਨੇ ਵਜੇ ਵੀਰੇ ਤੂੰ ਕਿੰਨੇ ਵਜੇ ਆਇਆ ਇੱਥੇ ਦਫ਼ਤਰ? 3:30 ਦੀ ਗੱਲ ਆ। ਉਦੋਂ ਤਹਿਸੀਲਦਾਰ ਬੈਠੇ, ਇੱਕ ਹੋਰ ਵੀ ਕੋਈ ਬੈਠਾ ਇੱਥੇ? ਇਕੱਲੇ ਬੈਠੇ ਸੀ, ਹੋਰ ਬੰਦਾ ਕੋਈ ਨੀ ਬੈਠਾ। ਤੂੰ ਜਦੋਂ ਆਇਆ ਤੂੰ ਕੀ ਗੱਲ ਕਹੀ ਉਦੋਂ? ਤੇਰੇ ਕੋਲ ਪੈਸੇ ਦੀ ਡਿਮਾਂਡ ਕਿਹਨੇ ਕੀਤੀ ਸੀ? ਪੈਸੇ ਡਿਮਾਂਡ ਨਹੀਂ ਕੀਤੀ। ਤੂੰ ਕਹਿੰਦਾ ਜਾਇਜ਼ ਜਾਇਜ਼ ਕਰ ਲਓ, ਉਹ ਕਿਹਨੇ ਕਿਹਾ ਰੀਡਰ ਨੇ ਕਿਹਾ ਕਿ ਤਹਿਸੀਲਦਾਰ ਸਾਹਿਬ? ਤਹਿਸੀਲਦਾਰ ਸਾਹਿਬ ਕਹਿੰਦਾ, ਮੈਂ ਕਿਹਾ ਵੀ ਯਾਰ ਮਤਲਬ ਰੀਡਰ ਦਾ ਕੋਈ ਰੋਲ ਹੈਗਾ? ਨਹੀਂ ਰੀਡਰ ਦਾ ਨਹੀਂ ਰੋਲ, ਮਤਲਬ ਤਹਿਸੀਲਦਾਰ ਨੇ ਕਿਹਾ ਵੀ ਪੈਸੇ ਜਾਇਜ਼ ਜਾਇਜ਼ ਕਰ ਲਓ ਵੀ ਸੰਘਰਸ਼ ਕਮੇਟੀ ਵਾਲੇ ਸਿੱਧਾ ਤਹਿਸੀਲਦਾਰ ਨੇ ਮੰਗ ਕੀਤੀ। ਦੇਖੋ ਜੀ ਗੱਲ ਕੀ ਹੋਇਆ ਵਾ, ਜਦੋਂ ਤੁਹਾਡੇ ਕੋਲ ਆਇਆ ਵਾ ਤੁਸੀਂ ਉਹਨਾਂ ਨੂੰ ਕਿਹਾ ਵੀ ਜਾਇਜ਼ ਜਾਇਜ਼ ਕਰ ਲਓ, ਹੁਣ ਅਗਲੇ ਦੀ ਮਰਜ਼ੀ ਆ ਉਹਨੇ ਜਾਇਜ਼ ਜਾਇਜ਼ ਕਿਹੜੇ ਤਰ੍ਹਾਂ ਕਰਨਾ, ਉਹਨੇ ਫਿਰ ਆਪਣਾ ਵੀ ਵੇਖਣਾ ਸੀ, ਤੁਹਾਡਾ ਵੀ ਵੇਖਣਾ, ਨਾ ਰੀਡਰ ਦਾ। ਜਦੋਂ ਤੁਸੀਂ ਉਹਨੂੰ ਕਹਿ ਦਿੱਤਾ ਜਾਇਜ਼ ਜਾਇਜ਼ ਤੇ ਕਸੂਰਵਾਰ ਤੁਸੀਂ ਜੋ, ਤੁਸੀਂ ਜਾਇਜ਼ ਨਾ ਕਹਿੰਦੇ ਬੰਦਾ ਮੇਰੇ ਕੋਲ, ਤੁਹਾਡੇ ਪਹਿਲੇ ਮੇਰੇ ਕੋਲ ਸਰਕਾਰੀ ਬੈਠੇ ਝੂਠ ਬੋਲੀ ਸ਼ਰਿਆਂ, ਮੈਂ ਇੱਕ ਪੱਤਾ ਦਰਜ ਕਰਾਂਗਾ ਇੱਥੇ, ਬਿਲਕੁਲ ਮੈਂ ਇੱਥੇ ਬਣਦੀ ਕਰ ਰਹੀ FIR ਕਰਾਊਂਗਾ, ਦਰਜ ਅੱਜ ਹੀ ਕਰਾਊਂਗਾ। ਉਹ ਤੁਸੀਂ ਕਰਾਓ, ਪਰ ਉਹ ਤੁਹਾਡੇ ਸਾਹਮਣੇ ਕਹਿੰਦੇ ਤੁਸੀਂ ਜਾਇਜ਼ ਜਾਇਜ਼ ਕਿਹਾ ਸੀਗਾ। ਵੀਡੀਓ ਸਾਹਿਬ ਦੇਖੋ, ਚਿੱਠੀ ਹੈ ਨਾਂ ਦੇ ਉੱਤੇ ਕਿ ਸਾਡੇ ਨਾਂ ਦੇ ਉੱਤੇ ਸਾਨੂੰ ਬਦਨਾਮ ਕਰਦਾ, ਸਾਡੇ ਨਾਂ ਦੇ ਉੱਤੇ ਬਾਹਰ ਪੈਸੇ ਲੈਂਦਾ, ਲੋਕਾਂ ਨੂੰ ਗੁੰਮਰਾਹ ਕਰਦਾ ਤੇ ਪਰਚਾ ਦਰਜ ਕੀਤਾ ਜਾਵੇ ਤੇ ਕਾਰਵਾਈ ਕਰੋ, ਕਰਾਓ ਇੱਥੇ ਚਿੱਠੀ ਲਿਖੋ ਹੋਣੀ ਸਾਹਿਬ ਐਸਾ ਜਿਹੜਾ ਉਹ ਤਾਂ ਦਿਲ ਜਾਨਵਰ ਆ ਰਿਹਾ ਉਹਦਾ ਕੀ ਕਰੀਏ? ਉਹ ਤੁਸੀਂ ਦੇਖੋ, ਤੁਸੀਂ ਸਿਆਣੇ ਬੈਠੇ ਆ, ਮੈਂ ਇਹਦੇ ਵਿੱਚ ਕੋਈ ਮੇਰੇ ਕੋਲ ਪੜੀ ਨਹੀਂ ਹੈਗੀ। ਸੁਣੋ ਮੇਰੀ ਗੱਲ, ਤੁਸੀਂ ਆਪਣੇ ਅਹੁਦੇ ਦੇ ਪ੍ਰਭਾਵ ਨਾਲ ਮੰਨ ਲਓ, ਡਿਮਾਂਡ ਕੀਤੀ 3000
ਕਿਹਨੇ ਡਿਮਾਂਡ ਕੀਤੀ ਸੀਗੀ ਜੀ ਆਪਣੇ ਅੱਜ ਦੇ ਵਿੱਚ ਆ ਗੋਰਾ ਮੁੰਡਾ ਜਿਹੜਾ ਪੈਸੇ ਮੰਗੇ ਸੀਗੇ ਜਦੋਂ ਅਸੀਂ ਗੋਰੇ ਨੂੰ ਪੁੱਛਿਆ ਵੀ ਤੂੰ ਪੈਸੇ ਭਾਈ ਮੰਗੇ ਆ ਤੂੰ ਕਿਹਦੇ ਕਹਿਣ ਦੇ ਪੈਸੇ ਮੰਗੇ ਆ ਤਾਂ ਉਹਨੇ ਸਿੱਧਾ ਕਹਿਤਾ ਵੀ ਭਾਈ ਆਹ ਤਹਿਸੀਲਦਾਰ ਆ ਆਹ ਤਹਿਸੀਲਦਾਰ ਦੇ ਕਹਿਣ ਤੇ ਮੰਗਿਆ ਮੈਂ ਤੁਸੀਂ ਕਿੰਨੇ ਪੈਸੇ ਮੰਗੇ ਸੀ ਦੋ ਹਜ਼ਾਰ ਰੁਪਿਆ ਸਾਹਿਬ ਦਾ ਇੱਕ ਹਜ਼ਾਰ ਰੁਪਿਆ ਰੀਡਰ ਸਾਹਿਬ ਦਾ ਤੁਹਾਡੇ ਕੋਲ ਪੈਸੇ ਦੀ ਡਿਮਾਂਡ ਕਿਹਨੇ ਕੀਤੀ ਸੀ ਰੀਡਰ ਨੇ ਕਿ ਤਹਿਸੀਲਦਾਰ ਨੇ ਤਹਿਸੀਲਦਾਰ ਨਾ ਤੁਸੀਂ ਮਿਲੇ ਹੋ ਨਹੀਂ ਤਹਿਸੀਲਦਾਰ ਰੀਡਰ ਨੇ ਤੁਹਾਡੇ ਕੋਲ ਡਿਮਾਂਡ ਕੀਤੀ ਰੀਡਰ ਨੇ ਕੋਈ ਡਿਮਾਂਡ ਕੀਤੀ ਨਹੀਂ ਰੀਡਰ ਨੇ ਤੇਰੇ ਵਾਲਾ ਤੇਰੇ ਵਾਲਾ ਆਵਾਜ਼ ਤੇਰੀ ਆਵਾਜ਼ ਨੀ ਦੇਖਣਗੇ ਸੱਚ ਬੋਲਿਆ ਤੇਰੇ ਨਾਲ ਖੜੇ ਆ ਸਾਰੀ ਜਥੇਬੰਦੀ ਖੜੀ ਤੇਰੇ ਨਾਲ ਬੇਟਾ ਬੇਫਿਕਰ ਹੋ ਜਾ ਤੂੰ ਵੇਖੋ ਜੀ ਸਿੱਧਾ ਸਿੱਧਾ ਚੋਰੀ ਦਾ ਇਲਜ਼ਾਮ ਇਸ ਤਹਿਸੀਲਦਾਰ ਤੇ ਇਸ ਬੰਦੇ ਲਾਇਆ ਆ ਚੋਰ ਤਹਿਸੀਲਦਾਰ ਫੜਿਆ ਜੀ ਅੱਜ ਅਸੀਂ ਸੁਲਤਾਨ ਬਲੋਦੀ ਵਿਖੇ ਚੋਰ ਤਹਿਸੀਲਦਾਰ ਆ ਸਾਹਮਣੇ ਬੈਠਾ ਚੋਰ ਜਗਤਾਰ ਭਾਜੀ ਹੈ ਨੀ ਜੇ ਜਗਤਾਰ ਸਾਹਿਬ ਭਾਜੀ ਬਹਿੰਦੇ ਆ ਤੇ ਤਹਿਸੀਲਦਾਰ ਹੈ ਨੀ ਦਸ ਵਾਰ ਫੋਨ ਕਰਕੇ ਇਹਨਾਂ ਨੂੰ ਸੱਦਿਆ ਤੁਹਾਨੂੰ ਤਹਿਸੀਲਦਾਰ ਸਾਹਿਬ ਨੂੰ ਇੱਥੇ ਮੈਂ ਖੁਦ ਅੰਦਰ ਆ ਕੇ ਗਿਆ ਮੈਂ ਕਿਹਾ ਜਗਤਾਰ ਨੂੰ ਫੋਨ ਕਰੋ ਕਹਿੰਦੇ ਕੋਈ ਨੀ ਆਉਂਦਾ ਫੋਨ ਲਾਇਆ ਅੱਧਾ ਪੌਣਾ ਘੰਟਾ ਹੋ ਗਿਆ ਤੁਸੀਂ ਅਗਲੇ ਨੂੰ ਅਸਲੀਅਤ ਦੱਸ ਦੋ ਸਵੇਰ ਦਾ ਦਸ ਵਜੇ ਦਾ ਮੈਂ ਬੈਠਾ ਪੰਜ ਬੰਦੇ ਮੇਰੇ ਨਾਲ ਆ ਕੇ ਬੈਠੇ ਆ ਨਹੀਂ ਕੰਮ ਕਿਹਾ ਤੇ ਉਹਦੇ ਥਾਂ ਡਿਊਟੀ ਹੋਰ ਦੀ ਨੀ ਕਿਸੇ ਦੀ ਬਣਦੀ ਮੈਂ ਤੈਨੂੰ ਜਾਣਦਾ ਮੈਂ ਨਵਾਂ ਆਪਾਂ ਕਦੇ ਮੇਰੀ ਬਦਨਾਮੀ ਕਰਾਉਂਦੇ ਯਾਰ ਤੁਸੀਂ ਮੇਰੀ ਇੰਨੀ ਸਾਰੀ ਨੌਕਰੀ ਨਿਕਲ ਗਈ ਕਦੀ ਇੱਦਾਂ ਦਾ ਮੇਰਾ ਇਸ਼ੂ ਨਹੀਂ ਹੋਇਆ ਤੁਸੀਂ ਇਹ ਐਡਾ ਵੱਡਾ ਇਲਜ਼ਾਮ ਲਾਤਾ ਮੇਰੇ ਉੱਤੇ ਚੰਗੀ ਗੱਲ ਥੋੜ੍ਹਾ ਤੁਹਾਡੇ ਵਾਸਤੇ ਜੇ ਕੋਈ ਤੁਹਾਡੇ ਕੋਲ ਰਹਿ ਗਿਆ ਕੰਮ ਤੁਸੀਂ ਆਪਣੇ ਲੈਵਲ 'ਤੇ ਕਰਵਾ ਲਓ ਜਾਂ ਮੈਨੂੰ ਦੱਸ ਦਿਓ ਪਰ ਐਵੇਂ ਕਹਿੰਦਾ ਨਾ ਕਹੋ ਕਿਸੇ ਕੋਲ ਯਾਰ ਤੁਸੀਂ ਮੈਂ ਤੁਹਾਡੇ ਕੋਲ ਗਿਆ ਤੁਸੀਂ ਐਵੇਂ ਕਹਿੰਦਾ ਕਿਸੇ ਨੂੰ ਬਦਨਾਮ ਕਰੋ ਯਾਰ ਜੇ ਵਾਕਈ ਤੁਸੀਂ ਮੇਰੇ ਕੋਲ ਆਏ ਆ ਫਿਰ ਮੈਂ ਗੁਨੇਗਾਰ ਆ ਮੈਂ ਮਤਲਬ ਗੁਰੂ ਘਰ ਦੀ ਨਗਰੀ 'ਚ ਬੈਠਾ ਮੈਂ ਤੁਹਾਡੇ ਕੋਲ ਮੰਗੇ ਆ ਤਾਂ ਫਿਰ ਮੈਂ ਵਾਕਈ ਗੁਨੇਗਾਰ ਆ ਪਰ ਐਵੇਂ ਨਾ ਕੋਈ ਯਾਰ ਦੇਖੋ ਬਦਨਾਮੀ ਹੁੰਦੀ ਹੈ ਚੰਗਾ ਨਹੀਂ ਲੱਗਦਾ ਤੁਸੀਂ ਮੇਰੇ ਕੋਲ ਆਏ ਹੀ ਨਹੀਂ ਹੈਗੇ ਉੱਦਾਂ ਹੀ ਕਹਿਤਾ ਯਾਰ ਤੁਸੀਂ ਇੱਕ ਵਾਰੀ ਤਾਂ ਮੈਨੂੰ ਆ ਕੇ ਕਹੋ ਜੀ ਯਾਰ ਰਜਿਸਟਰੀ ਹੈ ਜੇ ਮੈਂ ਤੁਹਾਨੂੰ ਕਹਾਂ ਤਾਂ ਫਿਰ ਤੁਸੀਂ ਮੈਂ ਜ਼ਿੰਮੇਵਾਰ ਹਾਂ ਯਾਰ ਪ੍ਰਧਾਨ ਜੀ ਕੀ ਜਵਾਬ ਦੇਵੋਗੇ ਯਾਰ ਕੀ ਕਰਦੇ ਤੁਸੀਂ ਯਾਰ ਕੋਈ ਇਹ ਘੱਟ ਨਹੀਂ ਗਾ ਇਹ ਤਹਿਸੀਲ ਜਿਹੜੀ ਆ ਲੰਮੇ ਚੌੜੇ ਨੂੰ ਇਹੋ ਕੁਛ ਹੋ ਰਿਹਾ ਸੀ ਇੱਕ ਥੋੜਾ ਚੋਰ ਆ ਇਹਦਾ ਕੋਈ ਮਾਈ ਬਾਪ ਨੀ ਬਣਿਆ ਇਹਦਾ ਤਹਿਸੀਲ ਹੋਵੇ ਨਾ ਇੱਕ ਅੱਧਾ ਹੋਵੇ ਜਿੰਨੇ ਵੀ ਇਹਨੇ ਗੁਰੂ ਘਰ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਿਹਾ ਵੀ ਮੈਂ ਤਹਿਸੀਲਦਾਰ ਨੂੰ ਦੂਸਰੇ ਇਹਨੇ 3000 ਰੁਪਏ ਦੀ ਮੰਗ ਕੀਤੀ ਆ ਠੀਕ ਆ ਜੀ 3000 ਰੁਪਇਆ ਚੱਲਦਾ ਵਾ ਤੇ ਮੈਂ ਇਹਨਾਂ ਨੂੰ ਕਿਹਾ ਜਥੇਬੰਦੀ ਦੇ ਬੰਦੇ ਆ ਤੇ ਤਹਿਸੀਲਦਾਰ ਸਾਹਿਬ ਜਿਹੜੇ ਨਵੇਂ ਇਹਨਾਂ ਕਿਹਾ ਕੋਈ ਨਾ ਜਾਇਜ਼ ਕਰ ਲਾਂਗੇ ਠੀਕ ਆ ਜੀ
ਇਸ ਮੁੰਡੇ ਦੇ ਤਹਿਸੀਲਦਾਰ ਸਾਹਿਬ ਨੇ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕੀਤੀ ਆਪਣੇ ਗਰੀਡਰ ਨਾਲ ਚਦਰ ਸਿੰਘ ਬੇਟਾ ਜੀ ਇੱਥੇ ਚਿੱਠੀ ਲੈ ਕੇ ਦੇ ਖਿਲਾਫ ਇੱਥੇ ਪਰਚਾ ਦੇਣਾ ਏਦਾਂ ਪਰਚਾ ਨਹੀਂ ਇੱਥੇ ਹੋਣ ਦਿਆਂਗੇ ਸੱਚ ਨੂੰ ਫਾਂਸੀ ਨਹੀਂ ਚੜ੍ਹਨ ਦਿਆਂਗੇ ਜੇ ਸੱਚ ਬੋਲਿਆ ਤੇ ਮੁੰਡੇ ਦੇ ਨਾਲ ਖੜੇ ਆ ਨਾਲ ਖੜੇ ਕਿਦਾਂ ਕੋਈ ਮੁੰਡੇ ਦੇ ਗੱਲਬਾਤ ਇੱਥੇ ਇਹ ਹੋਈ ਆ ਵੀ ਇੱਥੇ ਕੰਮ ਕਰਾਉਣ ਆਏ ਆ ਜਿੱਦਾਂ ਕੋਈ ਵੀ ਕੰਮ ਕਰਾਉਣ ਆਉਂਦਾ ਸੁਲਤਾਨਪੁਰ ਦੀ ਤਹਿਸੀਲ ਦੇ ਵਿੱਚ ਚਾਹੇ ਇੱਥੇ ਪਟਵਾਰੀ ਆ ਚਾਹੇ ਇੱਥੇ ਕਨਗੋ ਆ ਚਾਹੇ ਤਹਿਸੀਲਦਾਰ ਆ ਸਾਰਾ ਭ੍ਰਿਸ਼ਟਾਚਾਰ ਦਾ ਅੱਡਾ ਬਣ ਚੁੱਕਾ ਸਾਨੂੰ ਪਹਿਲਾਂ ਵੀ ਸ਼ਿਕਾਇਤਾਂ ਆਉਂਦੀਆਂ ਤੇ ਅਸੀਂ ਆਣ ਕੇ ਨਾਲ ਕਈ ਨਾਲ ਕੰਮ ਕਰਾ ਦੇਈਦਾ ਵਾ ਵੀ ਭਾਈ ਜੀ ਉਹ ਸਾਨੂੰ ਵੇਹਦੇ ਆ ਫਿਰ ਤੁਰੰਤ ਕੰਮ ਕਰਦੇ ਆ ਅੱਜ ਕੀ ਹੋਇਆ ਵਾ ਵੀ 3,000 ਰੁਪਏ ਦੀ ਮੰਗ ਕੀਤੀ ਗਈ ਆ ਆਪਣੇ ਜੈਨਪੁਰ ਤੋਂ ਸੀਗੇ ਕਿਸਾਨ ਉਹਨਾਂ ਨੂੰ ਕਹਿੰਦੇ ਵੀ 3,000 ਰੁਪਇਆ ਸਾਨੂੰ ਦਿਓ ਸਾਡੇ ਆਗੂ ਨੇ ਗੱਲ ਕੀਤੀ ਉਹਦੇ ਨਾਲ ਅਰਜੀ ਮਨੀਸ਼ ਨਾਲ ਵੀ ਭਾਈ 3,000 ਕਿਹੜੀ ਸਾਨੂੰ ਸਕੀਮ ਚੱਲਣ ਦੀ ਆ ਮੈਨੂੰ ਤਹਿਸੀਲਦਾਰ ਨੇ ਕਿਹਾ ਵੀ ਜਾਇਜ਼ ਜਾਇਜ਼ ਕਰ ਲਾ ਤੇ ਜਾਇਜ਼ ਜਾਇਜ਼ ਜੋ ਇਹ ਮਹਿਕਮਾ ਤਹਿਸੀਲ ਦੇ ਵਿੱਚ ਜਿੰਨਾ ਵੀ ਆ ਅਸੀਂ ਅੱਜ ਦੇ ਨੀ ਮੈਂ ਲੰਮੇ ਸਮੇਂ ਤੋਂ ਇਹ ਮਹਿਕਮੇ ਦੇ ਨਾਲ ਵੀ ਇੱਥੇ ਕਚਹਿਰੀ ਦੇ ਨਾਲ ਜੁੜਿਆ ਰਿਹਾ ਪੈਸੇ ਲੋਕ ਘਰਾਂ 'ਚੋਂ ਬੋਝਾਂ 'ਚ ਪਾ ਕੇ ਵੱਖੋ ਵੱਖ ਲਿਆਉਂਦੇ ਆ ਜੇ ਕਿਸੇ ਮੁੰਡਾ ਮਿਲਿਆ ਸਾਨੂੰ ਉਹਨੇ ਪੈਸੇ ਉਹਨਾਂ ਮੈਂ 3,000 ਰੁਪਇਆ ਵੱਖਰਾ ਬੁੱਝ 'ਚ ਪਾ ਕੇ ਲਿਆ ਇੱਥੇ ਫੀਸ ਪੱਤੀ ਲੱਗ ਜਾਣ ਨੂੰ ਇਹਨਾਂ ਦੀ ਪੱਕੀ ਬੱਝੀ ਆ ਇਹ ਬਦਲ ਕੇ ਚੱਲ ਜਾਣ ਇਹ ਮੁੜ ਕੇ ਆ ਜਾਣ ਇਹਨਾਂ ਦੀਆਂ ਫੀਸਾਂ ਪੱਕੀਆਂ ਬੱਝੀਆਂ ਬਹੁਤ ਦੁੱਖਦਾਈ ਗੱਲ ਆ ਸਰਕਾਰ ਅੱਜ ਸਵੇਰੇ ਚੰਨੀ ਬੋਲਣ ਡਿਆ ਸੀ ਕਿ ਆਮ ਲੋਕਾਂ ਦੀ ਸਰਕਾਰ ਆ ਗਈ ਆ ਆਹ ਵੇਖੋ ਆਮ ਲੋਕਾਂ ਦੀ ਸਰਕਾਰ ਟਾਈਪਿਸਟਾਂ ਨੂੰ ਗੋਰਾ ਦਾ ਨਾਮ ਉਹਨੂੰ ਤਹਿਸੀਲਦਾਰ ਦੇ ਬਿਲਕੁਲ ਸਾਹਮਣੇ ਲੈਣ ਕੇ ਬਿਠਾਇਆ ਵਾ ਉਹਨੇ ਸਾਡੇ ਇਕੱਠ ਦੇ ਸਾਹਮਣੇ ਕਬੂਲ ਕੀਤਾ ਵਾ ਵੀ ਜਿਹੜਾ ਨਵਾਂ ਤਹਿਸੀਲਦਾਰ ਸਾਹਿਬ ਆਇਆ ਮੈਂ ਇਹਨਾਂ ਨੂੰ ਇਹਨਾਂ ਦੇ ਕੋਲ ਰਜਿਸਟਰੀ ਲੈ ਗਿਆ ਵਾਂ ਅਤੇ ਮੈਂ ਕਿਹਾ ਜੀ ਜਥੇਬੰਦੀ ਦੇ ਬੰਦੇ ਇਹਨਾਂ ਦੀ ਜੀ ਪੀ ਆ ਅਤੇ ਕਿੰਨਾ ਕੁ ਜਾਇਜ਼ ਜਾਇਜ਼ ਲੈ ਲਾਂਗੇ ਅਤੇ ਮੇਰੇ ਤੋਂ ਜਿਹੜੀ 3,000 ਦੀ ਮੰਗ ਕੀਤੀ ਆ ਉਹ ਇਹਨਾਂ ਨੇ ਖੁਦ ਕੀਤੀ ਆ ਨਹੀਂ ਕਿਹਨੇ ਕੀਤੀ ਤਹਿਸੀਲਦਾਰ ਨੇ ਕੀਤੀ ਆ ਰੀਡਰ ਨੇ ਕੀਤੀ ਨਾ ਰੀਡਰ ਦਾ ਨਾਂ ਨਹੀਂ ਸਾਹਮਣੇ ਉਹਦੇ ਵੱਲੋਂ ਪੱਖ ਨਹੀਂ ਆਇਆ ਹੈਗਾ ਰੀਡਰ ਨੂੰ ਨਹੀਂ ਉਹ ਕਹਿ ਰਿਹਾ ਵੀ ਰੀਡਰ ਨੇ ਬਿਲਕੁਲ ਪੈਸੇ ਮੰਗ ਕੀਤੀ ਆ ਉਹ ਸਿੱਧਾ ਕਹਿ ਰਿਹਾ ਮੇਰੇ ਤੋਂ ਤਹਿਸੀਲਦਾਰ ਨਾਲ ਮੇਰਾ ਸੌਦੇਬਾਜ਼ੀ ਹੋਈ ਆ ਤੁਸੀਂ ਹੁਣ ਇਸ ਬਾਬਤ ਆ ਕੇ ਤਹਿਸੀਲਦਾਰ ਨਾਲ ਗੱਲ ਕੀਤੀ ਉਹਨੇ ਆਪਣੇ ਵੱਲੋਂ ਕੀ ਕਿਹਾ ਹਾਂ ਤਹਿਸੀਲਦਾਰ ਨਾਲ ਜਦੋਂ ਗੱਲ ਕੀਤੀ ਤਹਿਸੀਲਦਾਰ ਕਹਿੰਦਾ ਮੇਰੇ ਮੂੰਹ 'ਤੇ ਲੈ ਜਾਂ ਮੂੰਹ 'ਤੇ ਲਿਆਂਦਾ ਵਾ ਤਹਿਸੀਲਦਾਰ ਦਾ ਅੱਖਾਂ ਸ਼ਰਮਾਉਂਦੀਆਂ ਵਾ ਕਿਉਂਕਿ ਢਿੱਡ ਖਾਂਦੇ ਇਹਨਾਂ ਦੇ ਅੱਖਾਂ ਸ਼ਰਮਾਉਂਦੀਆਂ ਵਾ ਅਤੇ ਤਹਿਸੀਲਦਾਰ ਨੇ ਉਹਨੂੰ ਸਾਡੇ ਸਾਹਮਣੇ ਝੂਠਾ ਪਰਚਾ ਪਾਉਣ ਦੀ ਧਮਕੀ ਦਿੱਤੀ ਆ ਵੀ ਮੈਂ ਤੇਰੇ 'ਤੇ ਹੁਣੇ ਪਰਚਾ ਦੇ ਦੇਣਾ ਵਾ ਆਪਣਾ ਇੱਕ ਰੀਡਰ ਚਤਰ ਸਿੰਘ ਆ ਉਹਨੂੰ ਕਹਿ ਰਿਹਾ ਸੀ ਲੈ ਕੇ ਦੇ ਖਿਲਾਫ਼ ਦਰਖਾਸਤ ਇਹ 'ਤੇ ਹੁਣੇ ਆਪਾਂ ਪਰਚਾ ਦੇਣਾ ਮੇਰੀ ਇਮੇਜ ਖਰਾਬ ਕਰ ਰਿਹਾ ਕਿਉਂ ਪਰਚਾ ਦਊਗਾ ਤਹਿਸੀਲਦਾਰ ਉਹਦੇ ਖਿਲਾਫ਼ ਤਹਿਸੀਲਦਾਰ ਕੌਣ ਦਾ ਉੱਤੇ ਪਰਚਾ ਦੇਣਾ ਲੱਗਾ ਤਹਿਸੀਲ ਦੇ ਵਿੱਚ ਪਹਿਲਾਂ ਵੀ ਤੁਹਾਨੂੰ ਇੱਦਾਂ ਦੀ ਕੋਈ ਸ਼ਿਕਾਇਤਾਂ ਮਿਲਦੀ ਹਾਂ ਹੋਰ ਬਹੁਤ ਸਾਰੇ ਕਿਸਾਨ ਕਹਿੰਦੇ ਵੀ 3,000 ਰੁਪਏ ਤਾਂ ਪੱਕਾ ਹੀ ਚੱਲਦਾ ਵਾ ਇੱਥੇ ਅਤੇ ਸਾਨੂੰ ਬੜੀ ਹੈਰਾਨਗੀ ਆ ਵੀ ਨਵਾਂ ਤਹਿਸੀਲਦਾਰ ਆਇਆ ਥੋੜ੍ਹੇ ਵੇਲੇ ਜਾਂ ਘਟਾ ਲੈਂਦਾ ਜਾਂ ਵਧਾ ਲੈਂਦਾ ਰੇਟ ਇੱਕੋ ਚੱਲੀ ਜਾਂਦਾ ਵੀ ਇਹਨਾਂ ਦਾ ਫਿਲਹਾਲ ਅਸੀਂ ਹੁਣ ਚੱਲੇ ਹਾਂ ਜੀ ਵਾਪਸ ਜੇਕਰ ਆਉਣ ਵਾਲੇ ਦਿਨਾਂ 'ਚ ਇਸ ਤਹਿਸੀਲਦਾਰ ਦੇ ਖਿਲਾਫ਼ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਸੁਲਤਾਨਪੁਰ ਲੋਧੀ ਵਿੱਚ ਵੱਡਾ ਸੰਘਰਸ਼ ਕੀਤਾ ਜਾਊਗਾ ਜੇਕਰ ਜਿੱਦਾਂ ਦਾ ਵੀ ਸਾਨੂੰ ਕੋਈ ਵੀ ਐਕਸ਼ਨ ਲੈਣਾ ਪਿਆ ਲਵਾਂਗੇ ਜੀ ਸੋ ਬੇਨਤੀ ਆ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਹੁਣ ਸਾਨੂੰ ਦਿਓ ਇਜਾਜ਼ਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।